ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਪ੍ਰੀਤ ਸਿੰਘ ਗੁਰਾਇਆ ਦੇ ਨਾਲ ਮਾਂ ਬੋਲੀ ਦਿਵਸ ਦੇ ਮੌਕੇ ਤੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦਰਦੀ ਨਾਲ ਗੱਲਬਾਤ ਕੀਤੀ ਗਈ। ਅੱਜ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਭਾਸ਼ਾ ਦਿਵਸ ਮਨਾਇਆ ਜਾ ਰਿਹਾ, ਆਓ ਅਸੀਂ ਗੱਲ ਕਰਦੇ ਹਾਂ ਪੰਜਾਬੀ ਅਕੈਡਮੀ ਦੇ ਗੁਰਪ੍ਰੀਤ ਸਿੰਘ ਗੁਰਾਇਆ ਜੋ ਇੱਥੋਂ ਦੇ ਸਕੱਤਰ ਹਨ। ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ ਸਮੇਂ ਸਿਰ ਆਪਣੇ ਯੋਗਦਾਨ ਪਾਉਂਦੇ ਰਹਿੰਦੇ ਹਨ। ਅੱਜ ਦੇ ਦਿਹਾੜੇ ਦੇਖਦੇ ਹਾਂ ਕੌਮ ਨੂੰ ਕੀ ਸੰਦੇਸ਼ ਦੇ ਰਿਹਾ ਅਤੇ ਪੰਜਾਬੀ ਅਕੈਡਮੀ ਨੂੰ ਕੀ ਕੁਛ ਕੀਤਾ ਜਾ ਰਿਹਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਪੰਜਾਬੀਆਂ ਨੂੰ ਹੀ ਨਹੀਂ ਮਨੁੱਖ ਜਾਤੀ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਕਿ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ, ਕਿਉਂਕਿ ਸਾਰੇ ਭਾਸ਼ਾ ਵਿਗਿਆਨੀ ਸਾਰੇ ਜਿਹੜੇ ਉੱਘੇ ਵਿੱਦਿਆ ਸ਼ਾਸਤਰੀ ਨੇ ਉਹ ਇੱਕ ਗੱਲ 'ਤੇ ਜ਼ੋਰ ਦਿੰਦੇ ਨੇ ਕਿ ਬੱਚਿਆਂ ਨੂੰ ਮੁੱਢਲੀ ਸਿੱਖਿਆ ਅਗਰ ਉਹਨਾਂ ਦੀ ਮਾਂ ਬੋਲੀ 'ਚ ਦਿੱਤੀ ਜਾਵੇ ਤਾਂ ਉਹਨਾਂ ਦੇ ਗਿਆਨ 'ਚ ਬਹੁਤ ਵਾਧਾ ਹੁੰਦਾ ਹੈ ਔਰ ਇਸੇ ਕਰਕੇ ਉਹ ਗਿਆਨਵਾਨ ਬਣਦੇ ਆ। ਇਸ ਗੱਲ ਨੂੰ UN ਨੇ ਵੀ ਬਹੁਤ ਚੰਗੀ ਤਰ੍ਹਾਂ ਪ੍ਰਚਾਰਿਆ ਕਿ ਜਿਹੜੀ ਮੁੱਢਲੀ ਸਿੱਖਿਆ ਉਹ ਸਾਨੂੰ ਮਾਂ ਬੋਲੀ 'ਚ ਦੇਣੀ ਚਾਹੀਦੀ ਹੈ। ਇਸੇ ਤਹਿਤ ਵੱਖ ਵੱਖ ਭਾਸ਼ਾਵਾਂ ਅੱਜ ਦੇ ਦਿਨ ਨੂੰ ਆਪਣੀ ਮਾਂ ਬੋਲੀ ਦਿਵਸ ਦੇ ਤੌਰ 'ਤੇ ਮਨਾ ਰਹੀਆਂ ਨੇ ਅਤੇ ਪੰਜਾਬੀ ਹੋਣ ਦੇ ਨਾਤੇ ਮੈਂ ਸਮੂਹ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਸਾਨੂੰ ਆਪਣੀ ਮਾਂ ਬੋਲੀ 'ਤੇ ਮਾਣ ਕਰਨਾ ਚਾਹੀਦਾ, ਆਪਣੇ ਘਰਾਂ 'ਚ ਇਸ ਮਾਂ ਬੋਲੀ ਨੂੰ ਅਪਣਾਓ ਔਰ ਜਦੋਂ ਅਸੀਂ ਇਹ ਗੱਲ ਬੜੇ ਦਾਅਵੇ ਨਾਲ ਕਹਾਂਗੇ ਕਿ ਪੰਜਾਬੀ ਗਿਆਨ ਵਿਗਿਆਨ ਦੀ ਸਿਆਣੇ ਲੋਕਾਂ ਦੀ ਭਾਸ਼ਾ ਹੈ ਤਾਂ ਸਾਨੂੰ ਸਾਡਾ ਮਨੋਬਲ ਉੱਚਾ ਹੋਵੇਗਾ, ਅਸੀਂ ਮਾਣ ਨਾਲ ਕਹਿ ਸਕਾਂਗੇ ਅਸੀਂ ਪੰਜਾਬੀ ਹਾਂ ਤਾਂ ਕਿ ਸਾਡੀ ਲਈ ਪੰਜਾਬੀ ਵਧੇ। ਗੁਰਪ੍ਰੀਤ ਗੁਰਾਇਆ ਜੀ, ਤੁਸੀਂ ਦੱਸੇ ਪੰਜਾਬੀ ਮਾਂ ਬੋਲੀ ਬਾਰੇ ਬੜੇ ਅੱਛੇ ਉਪਰਾਲੇ ਕੀਤੇ ਜਾ ਰਹੇ ਹਨ। ਜੇਕਰ ਪੰਜਾਬੀ ਪੱਤਰਕਾਰ ਭਾਈਚਾਰੇ ਦੀ ਗੱਲ ਕਰੀਏ, ਕਿਤੇ ਨਾ ਕਿਤੇ ਇਹਨਾਂ ਨੂੰ ਅਣਗੋਲਿਆ ਜਾ ਰਿਹਾ, ਪੰਜਾਬੀ ਅਕੈਡਮੀ ਵੱਲੋਂ ਪੰਜਾਬੀ ਪੱਤਰਕਾਰ ਭਾਈਚਾਰੇ ਲਈ ਵੀ ਕੁਛ ਸੋਚਿਆ ਗਿਆ? ਇਸ ਤਰ੍ਹਾਂ ਕਿ ਜਿਹੜਾ ਇਲੈਕਟ੍ਰੋਨਿਕ ਮੀਡੀਆ ਆ ਜਾਂ ਜਿਹੜੀ ਪੱਤਰਕਾਰਤਾ ਆ ਉਹਦੇ 'ਚ ਕਿਤੇ ਨਾ ਕਿਤੇ ਇੱਕ ਇਸ ਤਰ੍ਹਾਂ ਦੀ ਮੈਨੂੰ ਲੱਗਦਾ ਹੁੰਦਾ ਜਿਵੇਂ ਖੜੋਤ ਆਈ ਹੈ ਕਿ ਆਮ ਦਰਸ਼ਕ ਜਿਹੜੇ ਨੇ ਪੰਜਾਬੀ TV ਨੂੰ ਸਿਰਫ ਨੱਚਣ ਗਾਉਣ ਵਾਸਤੇ ਵੇਖਦੇ ਆ। ਜਿਹੜੇ ਪੰਜਾਬੀ TV 'ਤੇ ਬੜੀਆਂ ਸਾਰਥਕ ਡਿਬੇਟਸ ਚੱਲ ਰਹੀਆਂ ਨੇ, ਡਿਸਕਸ਼ਨ ਚੱਲ ਰਹੀਆਂ ਨੇ, ਉਹਨੂੰ ਸਾਡੇ ਲੋਕ ਨਹੀਂ ਵੇਂਦੇ, ਕਿਉਂ? ਉਹਨਾਂ ਨੂੰ ਲੱਗਦਾ ਕਿ ਪੰਜਾਬੀ 'ਚ ਸਿਰਫ ਨੱਚਣਾ ਗਾਉਣਾ। ਇਸ ਮਿੱਥ ਨੂੰ ਤੋੜਨ ਦੀ ਲੋੜ ਆ। ਪੰਜਾਬੀ ਅਕੈਡਮੀ ਦਿੱਲੀ ਨੇ ਪੱਤਰਕਾਰਤਾ ਲਈ ਅਸੀਂ ਸਾਲਾਨਾ ਇਨਾਮ ਰੱਖਦੇ ਹਾਂ। ਪਿਛਲੇ 2 ਸਾਲਾਂ 'ਚ ਅਸੀਂ ਪੰਜਾਬੀ ਪੱਤਰਕਾਰਤਾ ਦੇ ਇਨਾਮ ਵੀ ਦਿੱਤੇ ਨੇ ਅਤੇ ਅੱਗੋਂ ਵੀ ਅਸੀਂ ਜਿਹੜੀ ਇਹ ਪਿਰਤ ਜਿਹੜੀ ਆ ਉਹ ਜਾਰੀ ਰੱਖ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਅਸੀਂ 2 ਕੁ ਮਹੀਨਿਆਂ ਦੇ ਵਿੱਚ ਜਿਹੜੇ ਰਹਿੰਦੇ ਸਾਡੇ 2 ਇਨਾਮ ਨੇ 2 ਸਾਲਾਂ ਦੇ ਉਹ ਜ਼ਰੂਰ ਦਿਆਂਗੇ।